देखो एबीपी सांझा टाटा स्काई चैनल नंबर 1929 और नाल ही मैं वल्टुआ साहब नू ए बेनती करदा कि उन्हां दा सरोपा पा के आपां सत्कार करिए बोले सोनिहा बैठो जी नाल ही अमर मसीह जी जेडे मनोरिटी विंग दे आम आदमी पार्टी नाल काम करदे सी ते उन्हां दे साथी आजो भी अज शामिल हो रहे हैं उन्हां नू भी जी आया नू उन्हां दा धन्नवाद नाल ही मैं सरदार सुखबीर सिंह जी बादल साहब नाल गल करके जिथे कैप्टन पवेंद्र साहब नू श्रोमणी अकाली दल दा स्पोक्सपर्सन ते मीत प्रधान दी जिम्मेवारी दे रहे हैं उत्थी सरदार परमिंदर सिंह जी संधू साहब इन्हां दे जो कुछ दिन पहला साडे च आप नू छड के आए सी उन्हां दे सुपुत्र जिहड़े शाह जयदीप सिंह जी जिहड़े बड़े वैल एजुकेटेड जिन्हां दे नाल आपने बड़ी वड्डी बेइंसाफी कीती है फ्रंट रनर सी इलेक्शन राजासंत सी हल्के तो लड़न वास्ते और इन्हां नू बार बार कहा गया जांदा सी कि असीं सर्वे ते मैरिट दे हिसाब नाल फैसला करांगे मगर जदों फैसला होया इन्हां ने जाके पुछया मैनू सर्वे विखाओ ते क्योंकि सर्वे तां कोई सी नहीं कल्ला झूठ ते लैण देण ते सारी टिकट टिकी सी इन्हां नू ਉਹ ਕੁਝ ਜਵਾਬ ਨਹੀਂ ਦੇ ਸਕੇ ਔਰ ਇਹ ਉਹਨਾਂ ਦੇ ਜਵਾਬ ਨਾਲ ਸੰਤੁਸ਼ਟ ਨਹੀਂ ਹੋਏ ਔਰ ਇਹਨਾਂ ਨੇ ਸਿਸੋਦੀਆ ਸਾਹਿਬ ਨੂੰ ਤੇ ਆਪ ਦੀ ਲੀਡਰਸ਼ਿਪ ਨੂੰ ਇਹੀ ਗੱਲ ਕਹੀ ਕਿ ਤੁਸੀਂ ਫੇਰ ਜੋ ਤੁਸੀਂ 2017 ਚ ਪੰਜਾਬੀਆਂ ਨਾਲ ਕੀਤਾ ਟਿਕਟਾਂ ਦਾ ਵੇਚਣ ਦਾ ਕੰਮ ਜਾਂ ਸਾਡੀਆਂ ਧੀਆਂ ਭੈਣਾਂ ਨਾਲ ਬਦਸਲੂਕੀ ਜਾਂ ਪੰਜਾਬੀਆਂ ਨਾਲ ਧੋਖਾ ਇਹਨਾਂ ਨੇ ਵੀ ਫਿਰ ਮਨ ਬਣਾਇਆ ਕਿ ਇਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਆ ਇਸ ਲਈ ਇਹ ਆਪ ਦੇ ਵਾਈਸ ਪ੍ਰੈਜ਼ੀਡੈਂਟ ਦੇ ਰੂਪ ਚ ਯੂਥ ਵਿੰਗ ਦੇ ਕੰਮ ਕਰਦੇ ਸੀ ਅੱਜ ਇਹਨਾਂ ਨੂੰ ਸ਼੍ਰੋਮਣੀ ਯੂਥ ਅਕਾਲੀ ਦਲ ਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਸੀਂ ਐਲਾਨ ਰਹੇ ਹਾਂ ਔਰ ਇਹਨਾਂ ਨੂੰ ਮੈਂ ਆਸ ਕਰਦਾ ਉਮੀਦ ਕਰਦਾ ਕਿ ਰਾਜਾਸੰਦ ਸਿੰਘ ਹਲਕੇ ਚ ਸੰਧੂ ਸਾਹਿਬ ਤੇ ਇਹਨਾਂ ਦੇ ਸੁਪੁੱਤਰ ਜੈਦੀਪ ਸਿੰਘ ਜੀ ਆਪ ਦੇ ਸਾਥੀਆਂ ਸਹਿਬਾਨਾਂ ਦੇ ਨਾਲ ਉੱਥੇ ਵੀ ਸਾਡੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ ਹੋਰ ਦੱਸੋ ਜੀ ਅੱਜ ਸਾਡੀ ਕੋਈ ਜੁਆਇਨਿੰਗ ਸੀ ਜਿਹੜੀਆਂ ਇੰਪੋਰਟੈਂਟ ਸੀਗੀਆਂ ਤਾਂ ਤੁਹਾਨੂੰ ਅਸੀਂ ਯਾਦ ਕੀਤਾ ਸੀ ਅਰਦਾਸ ਦੀਆਂ 17 ਨੂੰ ਜਿਹੜਾ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਉਹ ਕਿੱਥੇ ਜੀ ਅਰਦਾਸ ਦੀ ਕਾਂਗਰਸ ਪਾਰਟੀ ਵੱਲੋਂ ਅਰਦਾਸ ਜਿਹੜੀ ਹੈ ਉਹਦੀ 17 ਨੂੰ ਤੋੜ ਮੋੜ ਪੰਜਾਬ ਦੀ ਰਹੇ ਚੜ੍ਹਦੀ ਕਲਾ ਕਾਂਗਰਸ ਮੰਗੇ ਸਰਬੱਤ ਦਾ ਭਲਾ ਇਹ ਹੋਰਡਿੰਗ ਲੱਗੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ ਧਾਮੀ ਸਾਹਿਬ ਨੇ ਵੀ ਇਸ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਮੁਹੰਮਦ ਮਸਤਾਵਾ ਵੱਲੋਂ ਮਾਫੀ ਮੰਗੀ ਦੇਖੋ ਮੈਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੂੰ ਅਸੀਂ ਅਪੀਲ ਕਰਦੇ ਆ ਕਿ ਜਿੱਥੇ ਉਹਨਾਂ ਦੀ ਇੰਟਰਵੈਂਸ਼ਨ ਦੀ ਬੜੀ ਸਖਤ ਲੋੜ ਹੈ ਇਹਦੇ ਚ ਕਿ ਜਿਸ ਕਾਂਗਰਸ ਪਾਰਟੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਾਇਆ ਹੋਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਤੇ ਹਜ਼ਾਰਾਂ ਗੁਰਸਿੱਖਾਂ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸ਼ਹੀਦ ਕੀਤਾ ਹੋਵੇ ਔਰ ਦਿੱਲੀ ਦੇ ਜੈਨੋਸਾਈਡ ਕਤਲੇਆਮ ਚ ਨਸ਼ਲਕੁਸ਼ੀ ਚ ਜਿਹਦਾ ਗਾਂਧੀ ਪਰਿਵਾਰ ਦਾ ਬਹੁਤ ਵੱਡਾ ਹੱਥ ਹੋਵੇ ਅੱਜ ਫੇਰ ਗੰਦੀ ਸਾਜਿਸ਼ ਗੰਦੀ ਰਾਜਨੀਤੀ ਕਰਦੇ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਸੇਧ ਹੈ ਜੋ ਸਮੱਤ ਹੈ ਉਸ ਨੂੰ ਗਲਤ ਤਰੀਕੇ ਨਾਲ ਆਪਦੇ ਇਲੈਕਸ਼ਨ ਕੈਂਪੇਨ ਚ ਵਰਤਣਾ ਇਹ ਬੜੀ ਗਲਤ ਗੱਲ ਹੈ ਔਰ ਨਾਲ ਹੀ ਮੈਂ ਸਮਝਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਸੂ ਮੋਟੋ ਐਕਸ਼ਨ ਲੈ ਕੇ ਕਾਂਗਰਸ ਪਾਰਟੀ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਪੰਜਾਬ ਔਰ ਪੰਜਾਬੀਅਤ ਕੀ ਪਰਛਾਈ ਅਬ ਦੇਖੇ ਏਬੀਪੀ ਸਾਂਝਾ टाटा स्काई चैनल नंबर 1929 पर एबीपी सांझा देखने के लिए अपने केबल ऑपरेटर से अभी संपर्क करें एबीपी सांझा जोश जज्बा जुनून